ਸੀ ਮੇਰੇ ਕੋਲ ਕਰੀਬ 3 ਸਾਲ ਪਹਿਲਾਂ ਸੀ ਸਰ ਪਹਿਲਾਂ ਆਇਆ ਸੀ ਜੀ ਹਾਂਜੀ ਹਾਂਜੀ ਦਿੱਲੀ ਮਿਲੇ ਸੀ ਆਪਾਂ ਹੋਟਲ 'ਚ ਕਿਸੇ ਦੇ ਰੈਫਰੈਂਸ ਦੇ ਥਰੂ ਆਏ ਸੀ ਨਾ ਮੇਰੇ ਖਿਆਲ ਹਰਮਿੰਦਰ ਸਿੰਘ ਦੇ ਰੈਫਰੈਂਸ ਦੇ ਥਰੂ ਜਾਂ ਕੋਈ ਹੋਰ ਕੋਈ ਸੀ ਰੈਫਰੈਂਸ ਥਰੂ ਆਏ ਸੀ ਹਾਂਜੀ ਕਿਸੇ ਦੇ ਰੈਫਰੈਂਸ ਦੇ ਥਰੂ ਆਏ ਸੀ ਨਾ ਤੁਸੀਂ ਰੈਫਰੈਂਸ ਹਾਂਜੀ ਹਰਮਿੰਦਰ ਨੇ ਮਿਲਾਇਆ ਸੀਗਾ ਤੁਹਾਨੂੰ ਅੱਛਾ 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 ਹਰਮਿੰਦਰ ਥਰੂ ਹੀ ਆਏ ਸੀ ਆਪਾਂ ਵੀਡੀਓ ਆਪਾਂ ਵੇਖਦੇ ਯੂਟਿਊਬ 'ਤੇ ਵੀਡੀਓ ਦੇਖ ਕੇ ਅਤੇ ਫਿਰ ਆਪਾਂ ਹਰਮਿੰਦਰ ਤੁਹਾਡੇ ਨੂੰ ਕੀਤੀ ਕਾਲ ਅਤੇ ਤੁਸੀਂ ਕਿਹਾ ਵੀ ਆਹ ਨੰਬਰ ਦਿੱਤਾ ਹਰਮਿੰਦਰ ਹੋਣਾ ਦਾ ਨੰਬਰ ਦਿੱਤਾ ਫਿਰ ਅਸੀਂ ਉਹਨਾਂ ਨਾਲ ਕੰਟੈਕਟ ਕੀਤਾ ਅਤੇ ਉਹਨਾਂ ਨੇ ਫਿਰ ਦੱਸਿਆ ਵੀ ਸਾਰਾ ਦਿੱਲੀ ਆਏ ਹੋਏ ਆ ਜੀ ਚਲੋ ਆਪਾਂ ਉੱਥੇ ਮਿਲ ਲੈਂਦੇ ਹਾਂ ਜਾ ਕੇ ਜੀ 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 ਕਾਫੀ ਚਿਰ ਹੋ ਗਿਆ ਮਿਲੇ ਤਾਂ ਉਸ ਤੋਂ ਬਾਅਦ ਫਿਰ ਦੂਜੀ ਵਾਰ ਆਪਾਂ ਚੰਡੀਗੜ੍ਹ ਮਿਲੇ ਸੀਗੇ ਤੁਹਾਨੂੰ ਚੰਡੀਗੜ੍ਹ ਸੈਕਟਰ 22 ਸੈਕਟਰ ਹਾਂ 22 ਸੈਕਟਰ ਮਿਲੇ ਸੀਗੇ ਹਾਂਜੀ ਉੱਥੇ ਖਾਣਾ ਖੁਣਾ ਖਾਧਾ ਇਕੱਠਿਆਂ ਅਸੀਂ ਵੀਜ਼ਾ ਇੰਟਰਵਿਊ ਹੋ ਗਿਆ ਹੈ ਬੇਟੇ ਦਾ ਹਾਂਜੀ ਹਾਂਜੀ ਲੇਕਿਨ ਕੋਈ ਜਵਾਬ ਨਹੀਂ ਆ ਰਿਹਾ 3 ਸਾਲ ਹੋ ਗਏ ਨਾ ਵੇਟਿੰਗ ਕਰਦੇ ਕਰਦੇ ਮੇਰੇ ਖਿਆਲ 3 ਸਾਲ ਤੋਂ ਵੀ ਉੱਤੇ ਹੀ ਹੋ ਗਿਆ ਜੀ ਪਹਿਲਾਂ 2 ਵਾਰੀ ਤੇਰੇ ਫਿਊਜ਼ਲ ਆ ਗਈ ਸੀ ਇਹਦੀ ਤੇ ਹੁਣ 2020 ਮਾਰਚ ਦੀ ਫਾਈਲ ਲੱਗੀ ਸੀ ਇਹਦੀ 19 ਅਪ੍ਰੈਲ ਨੂੰ ਇਹਦਾ ਆਇਆ ਸੀਗਾ ਇੰਟਰਵਿਊ ਆਈ ਸੀ ਇਹਦੀ ਆਪਾਂ ਕੱਲ ਪਰਸੋਂ ਹੀ ਡਿਸਕਸ ਕਰਦੇ ਸੀ ਕੀ ਹੋਇਆ ਕਿਸ ਤਰ੍ਹਾਂ ਹੋਇਆ ਮੈਸੇਜ ਆ ਗਿਆ ਪਰਸੋਂ ਹੀ ਡਿਸਕਸ ਹੋਈ ਤੁਹਾਡੇ ਨਾਲ ਵੀ ਕੀ ਕਰਨਾ ਅੱਗੇ ਹੁਣ ਇਹਨਾਂ ਜੀ ਜੀ ਐਮਬੈਸੀ ਤੋਂ ਮੈਸੇਜ ਆ ਗਿਆ ਵੀਜ਼ੇ ਦਾ ਹਲੋ ਚੱਕ ਲਓ ਦੇਖ ਲਓ ਤੁਸੀਂ ਕਿ ਵੀ ਉਹਨਾਂ ਨੇ ਕਹਿਤਾ ਕਿ ਵੀ ਤੁਸੀਂ ਮੈਡੀਕਲ ਕਰਾ ਲਓ ਅਤੇ ਬਸ ਮੈਡੀਕਲ ਦਾ ਮਤਲਬ ਇਹ ਹੈ ਕਿ ਹੋਈ ਜਾਣਾ ਕੰਮ ਨਜ਼ਰ ਆ ਰਿਹਾ ਸਕਰੀਨ 'ਤੇ ਕੁਛ ਨਜ਼ਰ ਆ ਰਿਹਾ ਤੁਹਾਨੂੰ ਨਹੀਂ ਕੁਛ ਸ਼ੋਅ ਨਹੀਂ ਜੀ ਹੋ ਰਿਹਾ ਕੁਛ ਵੀ ਇੱਥੇ ਸ਼ੋਅ ਨਹੀਂ ਹੋ ਰਿਹਾ ਕੁਛ ਨਹੀਂ ਤੁਸੀਂ ਫੋਨ ਦੇਖ ਰਹੇ ਹੋ ਮੇਰਾ ਤਾਂ ਸਾਰਾ ਨਜ਼ਰ ਆ ਰਿਹਾ ਸਾਰਾ ਮੈਨੂੰ ਪੂਰਾ ਇੱਕ ਵਾਰ ਹੋਰ ਮੈਂ ਟਰਾਈ ਕਰ ਲੈਣਾ ਤੇ ਸਿਰਫ ਤੁਹਾਡੀ ਫੋਟੋ ਹੀ ਆ ਰਹੀ ਹੈ ਬਾਕੀ ਤਾਂ ਕੁਛ ਨਹੀਂ ਅੱਛਾ ਹਾਂਜੀ ਚਲੋ ਇੱਕ ਸੈਕਿੰਡ ਹੋਰ ਮੈਂ ਟਰਾਈ ਕਰ ਲੈਣਾ ਇੱਕ ਸੈਕਿੰਡ ਟਰਾਈ ਕਰਨਾ ਬਾਈ ਕੋਈ ਨਹੀਂ ਸਰ ਹੁਣ ਵੀ ਨਹੀਂ ਆ ਰਿਹਾ ਕੁਛ ਹਾਂਜੀ ਹੁਣ ਆ ਹਲੋ ਤੁਹਾਡਾ ਆ ਗਿਆ ਮੈਡੀਕਲ ਪਾਤਾ ਉਹਨਾਂ ਨੇ ਅੱਜ ਦੀ ਡੇਟ ਹੈ ਇੱਕ ਸੈਕਿੰਡ ਤੁਹਾਨੂੰ ਦਿਖਾਉਣਾ ਅੱਜ ਦਾ ਜੂਨ 13 ਹੈ ਨਾ ਸਵੇਰੇ ਆਹ ਦੇਖੋ ਜੂਨ 13 ਉੱਪਰ ਸਵੇਰੇ ਲਿਖਿਆ ਹਾਂਜੀ ਹਾਂਜੀ ਹਾਂ ਅਤੇ ਥੱਲੇ ਲਿਖਿਆ ਗਗਨਦੀਪ ਸਿੰਘ ਆ ਜਾਓ ਜੀ ਮੈਡੀਕਲ ਰਿਕੁਐਸਟ ਦੇ ਦਿਓ ਡੈਟ ਮੀਨਸ ਕਿ ਉਹਨਾਂ ਨੇ ਵੀਜ਼ਾ ਤੁਹਾਨੂੰ ਦੇ ਦੇਣਾ ਹੈ ਅਤੇ ਬਸ ਉਡੀਕ ਖਤਮ ਹੋ ਗਈ ਠੀਕ ਹੈ ਸਰ ਥੈਂਕ ਯੂ ਦੇਖ ਲਓ ਕੱਲ੍ਹ ਹੀ ਆਪਾਂ ਗੱਲ ਕਰ ਰਹੇ ਸੀ ਕਿ ਵੀ ਕਿਵੇਂ ਹੋਏਗਾ ਕੱਲ੍ਹ ਹੀ ਕਰ ਰਹੇ ਵੀ ਆਪਾਂ ਪਾਈਏ ਕਿ ਨਾ ਪਾਈਏ ਰਿਕੁਐਸਟ ਅਤੇ ਮੈਂ ਵੀ ਤੁਹਾਨੂੰ ਕਿਹਾ ਸੀ ਮੈਂ ਵੇਟ ਕਰ ਲੈਂਦੇ ਹਾਂ ਜੀ ਅਜੇ ਕੋਈ ਗੱਲ ਨਹੀਂ ਨੂਰਾਨੀ ਕਾਲ ਕਰਦੀ ਸੀ ਬਾਰ ਬਾਰ ਕੈਨੇਡਾ ਤੋਂ ਕਰੋ 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 ਕੀ ਹੋਏਗਾ ਕੀ ਕਰਨਾ ਉਹਨਾਂ ਨਾਲ ਹੋਈ ਸੀ ਗੱਲ ਉਹਦੇ ਨਾਲ ਵੀ ਹੋਈ ਸੀ ਮੈਂ ਉਹਨੂੰ ਕਹਿੰਦੇ ਵੀ ਖੈਰ ਸਰ ਬਿਜੀ ਹੋਣੇ ਮੈਂ ਫੋਨ ਕੀਤਾ ਸੀਗਾ ਉਹਨਾਂ ਨੂੰ ਉਹਨਾਂ ਨੇ ਚੁੱਕਿਆ ਨੀ ਮੈਂ ਚੱਲ ਕੋਈ ਗੱਲ ਨੀ ਮੇਰੇ ਨਾਲ ਗੱਲ ਹੋ ਗਈ ਉਹਨਾਂ ਦੀ ਤਿੰਨ ਸਾਲ ਤੋਂ ਵੇਟਿੰਗ ਚੱਲ ਰਿਹਾ ਹੈ ਫਿਲੀਪੀਨਸ ਦਾ ਵੀ ਚੱਕਰ ਹੈ ਅਮੈਰੀਕਾ ਦਾ ਵੀ ਕੇਸ ਹੈ ਤੇ ਚਲੋ ਕੋਈ ਗੱਲ ਨਹੀਂ ਵਧਾਈਆਂ ਉਹ ਸਾਰਿਆਂ ਨੂੰ ਤੁਸੀਂ ਕਰੋ ਆਪਣਾ ਮੈਡੀਕਲ ਤੁਹਾਨੂੰ ਹੁਣੇ ਹੀ ਭੇਜ ਦਿੰਦੇ ਤੇ ਆਪਣਾ ਮੈਡੀਕਲ ਹੁਣੇ ਅੱਜ ਅਪੁਆਇੰਟਮੈਂਟ ਲੈ ਕੇ ਮੈਡੀਕਲ ਕਰਾਓ ਤੇ ਮੈਡੀਕਲ ਲੈ ਕੇ ਕਿਤੋਂ ਅਪੁਆਇੰਟਮੈਂਟ ਲੈ ਕੇ ਦੇਣ ਫਿਰ ਕਰਵਾਉਂਦੇ ਆ ਮੈਡੀਕਲ ਤੇ ਬਹੁਤ ਬਹੁਤ ਮਿਹਰਬਾਨੀ ਜੀ ਤੁਸੀਂ ਬਹੁਤ ਮਿਹਨਤ ਕੀਤੀ ਆ ਤੇ ਹਰਮਿੰਦਰ ਹੋਣਾ ਨੇ ਵੀ ਬਹੁਤ ਮਿਹਨਤ ਕੀਤੀ ਆ ਜੀ ਕਾਫੀ ਚਿਰ ਤੋਂ ਮੈਨੂੰ ਪਤਾ ਹੈ ਕਿ ਉਹ ਦੂਸਰੀ ਉਹ ਕਾਲ ਕਰਦੀ ਸੀ ਮੈਨੂੰ ਕਿ ਵੀ ਕਰੋ ਤੁਸੀਂ ਕੁਛ ਕਰਦੇ ਕੋਈ ਨਹੀਂ ਫਲਾਨੀ ਸਹੇਲੀ ਦਾ ਆ ਗਿਆ ਉਹਦਾ ਆ ਗਿਆ ਜੀ ਇਹਦਾ ਆ ਗਿਆ ਕਰ ਲਓ ਆ ਮੈਂ ਕਿਹਾ ਵੀ ਮੇਰੇ ਹੱਥ ਕਹਿੰਦੀ ਮੇਰੇ ਤੋਂ ਬਾਅਦ 'ਚ ਜਿਹੜੀਆਂ ਆਈਆਂ ਉਹਨਾਂ ਦੇ ਸਾਰੇ ਆ ਗਿਆ ਮੈਂ ਰਹਿ ਗਈ ਹਾਂ ਇਕੱਲੀ ਜੀ ਉਹ ਫਿਰ ਹੁੰਦਾ ਹੀ ਆ ਤੁਹਾਨੂੰ ਪਤਾ ਹੀ ਮੰਚ ਤੇ ਹੁੰਦਾ ਹੀ ਹੈ ਨਾ ਫਿਰ ਵੀ ਇਹ ਮਗਰੋਂ ਲੱਗ ਗਏ ਇਹਦਾ ਪਤਾ ਨਹੀਂ ਕਿਉਂ ਨਹੀਂ ਆਉਣ ਡਿਆ ਚਲੋ ਜਦੋਂ ਦਾਣਾ ਪਾਣੀ ਦੇਖਿਆ ਸੀ ਉਦੋਂ ਹੀ ਜਾਣਾ ਸੀ ਮੈਂ ਤੇ ਗੁਰਦਾਸਪੁਰ ਆ ਕੇ ਤੁਹਾਨੂੰ ਦੇਣਾ ਸੀ ਪਰ ਮੇਰੇ ਕਿਸਮਤ 'ਚ ਨਹੀਂ ਹੈ ਮੈਂ ਆਉਣਾ ਹੈ ਅੰਮ੍ਰਿਤਸਰ ਐਕਚੁਲੀ ਅਗਲੇ ਹਫ਼ਤੇ ਅਤੇ ਅਗਰ ਤਦ ਤੱਕ ਚੀਜ਼ਾਂ ਆ ਜਾਏ ਫਿਰ ਮਿਲਾਂਗੇ ਕੋਈ ਗੱਲ ਨਹੀਂ ਨਹੀਂ ਹੁਣ ਤੁਸੀਂ ਆਏ ਹੋ ਇੰਡੀਆ ਹੀ ਆਏ ਹੋ ਕਿ ਉੱਧਰ ਹੀ ਹੋ ਮੈਂ ਸਰ ਜੀ ਇੰਡੀਆ ਹੀ ਬੈਠਾ ਕਿੰਨੇ 2 ਮਹੀਨੇ ਤੋਂ ਮੈਂ ਕਿੱਥੇ ਜਾਣਾ ਕੈਨੇਡਾ ਮੈਨੂੰ ਤਾਂ ਇੰਡੀਆ ਹੀ ਵਧੀਆ ਲੱਗਦਾ ਤੁਸੀਂ ਉਦੋਂ ਵਾਪਸ ਨਹੀਂ ਗਏ ਉਦਣ ਤੁਸੀਂ ਕਹਿਣ ਲਈ ਵਾਪਸ ਚਲ ਜਾਣਾ ਉਹ ਨਹੀਂ ਵਾਪਸ ਜਾਣਾ ਵਾਪਸ ਪੰਜਾਬ ਤੋਂ ਚੱਲਣਾ ਵਾਪਸ ਇੰਡੀਆ ਥੋੜ੍ਹੀ ਵਾਪਸ ਜਾਣਾ ਠੀਕ ਚਲੋ ਕੋਈ ਨਹੀਂ ਮਿਲਦੇ ਹਾਂ ਬਾਈ ਫਿਰ ਮਿਲਦੇ ਜ਼ਰੂਰ ਮਿਲਾਂਗੇ ਜੀ ਜੀ ਜੀ
ਠੀਕ ਹੈ ਬਾਕੀ ਹਾਂ ਬੋਲੋ ਦੇਖ ਲਓ ਹਰਪ੍ਰੀਤ ਦਾ ਫੋਨ ਆਈ ਜਾਂਦਾ ਵਿੱਚ ਉਹਨੂੰ ਵੀ ਲੈ ਲਓ ਵਿੱਚ ਨਾਲ ਜੇ ਕਰਨੀ ਗੱਲ ਤਾਂ ਕਰ ਲਓ ਬੁਲਾ ਕਰਾਓ ਕਰਾਓ ਜਰਾ ਵਿੱਚ ਸਕਾਈਪ ਤੇ ਜੁੜੋ ਜਰਾ ਜੁੜੋ ਉਹ ਆਇਆ ਫੋਨ ਅੱਗੇ ਉਹਦਾ ਮਿਸ ਕਾਲ ਆਈ ਹੈ ਸਕਾਈਪ ਸਕਾਈਪ ਤੇ ਜੁੜੇਗੀ ਉਹ ਤਾਂ ਸਕਾਈਪ ਤੇ ਜੋੜ ਲਓ ਉਹਦੇ ਆਈਡੀ ਅਗਰ ਆਨਲਾਈਨ ਹੈ ਤਾਂ ਉਹਨੂੰ ਜੋੜ ਦੋ ਸਕਾਈਪ ਤੇ ਹੈ ਹਾਂਜੀ ਹਾਂਜੀ ਸਰ ਫਿਰ ਸਕਾਈਪ ਤੇ ਐਡ ਕਰ ਲਓ ਨਾ ਉੱਪਰ ਦੇ ਕੇ ਐਡ ਹੋ ਜਾਏਗਾ ਐਡ ਬਟਨ ਦੇ ਕੇ ਹੋ ਗਿਆ ਹਾਂਜੀ ਸਰ ਕੀਤਾ ਹੈ ਐਡ ਹੁਣ ਚੱਕ ਨਹੀਂ ਰਹੇ ਕੋਲ ਮਤਲਬ ਆਨਲਾਈਨ ਆਨਲਾਈਨ ਹੈ ਉਹ ਹਾਂਜੀ ਆਨਲਾਈਨ ਤੇ ਹੈ ਹੀ ਮੇਰੇ ਖਿਆਲ ਨਾਲ ਘਰ ਚ ਬੈਠੇ ਹੋਣੇ ਜਾਂ ਨਹੀਂ ਪਿਕ ਕਰਦੇ ਪਏ ਸਰ ਨਹੀਂ ਨਹੀਂ ਉਹ ਸਕਾਈਪ ਤੇ ਆਨਲਾਈਨ ਨਹੀਂ ਹੋਣਾ ਇਹਦੇ ਮਤਲਬ ਹਾਂਜੀ ਸ਼ਾਇਦ ਮੈਂ ਟਾਈਪ ਕਰਕੇ ਦੇਖ ਲੈਣਾ ਕੀ ਨਾਮ ਹੈ ਉਹਦਾ ਪੂਰਾ ਹਰਪ੍ਰੀਤ ਹਰਪ੍ਰੀਤ ਸਿੰਘ ਹਰਪ੍ਰੀਤ ਸੰਧੂ ਨਾਮ ਹੈ ਨਾ ਉਹਦਾ ਹਾਂਜੀ ਹਾਂਜੀ ਸਰ ਮੈਂ ਟਰਾਈ ਕਰ ਲੈਣਾ ਨਹੀਂ ਹੈ ਤਾਂ ਫਿਰ ਪੂਰਾ ਤੁਸੀਂ ਉਹਨੂੰ ਵਟਸਐਪ ਤੋਂ ਕਹਿ ਦਿਓ ਕਿ ਵੀ ਆਨਲਾਈਨ ਹੈ ਪਤਾ ਨਹੀਂ ਉਹਨੂੰ ਪਤਾ ਵੀ ਨਹੀਂ ਹੈ ਆਨਲਾਈਨ ਹੈ ਕਿ ਨਹੀਂ ਪਰ ਆਈ ਥਿੰਕ ਸ਼ੀ ਇਜ਼ ਨਾਟ ਆਨਲਾਈਨ ਦੈਟਸ ਓਕੇ ਕੋਈ ਗੱਲ ਨਹੀਂ ਓਕੇ ਸਰ ਫੇਰ ਕਰਦੇ ਨਹੀਂ ਤੇ ਫਿਰ ਠੀਕ ਹੈ ਕੋਈ ਗੱਲ ਨਹੀਂ ਤੁਸੀਂ ਆਪਣਾ ਥੈਂਕ ਯੂ ਸਰ ਤੁਹਾਡਾ ਥੈਂਕ ਯੂ ਥੈਂਕ ਯੂ ਟੇਕ ਕੇਅਰ ਹਾਂਜੀ